ਸਾਸਰੀਏ ਗਾਲ ਕਿਸਾਨ ਭਰਾਵੋ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਆਂ ਤੇਲੇ ਬਾਰੇ ਤੇ ਪਲੱਸ ਬੀ ਐਲ ਵੀ ਸੋ ਫਾਰਮਰ ਦੇ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਤੇਲੇ ਵਾਲੀ ਸਪਰੇਅ ਕੀਤੀ ਜਾਵੇ ਜਾਂ ਨਾ ਕਿਉਂਕਿ ਪੈਡੀ ਸੀਜ਼ਨ 2023 ਦੇ ਵਿੱਚ ਤੇਲੇ ਦਾ ਜਿਹੜਾ ਅਟੈਕ ਆ ਉਹ ਕਾਫੀ ਘੱਟ ਆ ਤੇ ਜੇ ਪਿਛਲੇ ਸਾਲਾਂ ਤੋਂ ਵੇਖਿਆ ਜਾਵੇ ਤਾਂ ਪਿਛਲੇ ਸਾਲ ਪੈਡੀ ਸੀਜ਼ਨ 2022 ਦੇ ਵਿੱਚ ਤੇਲੇ ਦੀ ਜਿਹੜੀ ਸਮੱਸਿਆ ਉਹ ਅਗਸਤ ਦੇ ਮਹੀਨੇ ਦੇ ਵਿੱਚ ਹੀ ਪਾਈ ਗਈ ਹੈ ਜਾਨੀ ਕਿ ਝੋਨੇ ਅਜੇ ਕੁਝ ਕ ਨਸਾਰੇ ਤੇ ਸੀ ਕੁਝ ਕ ਨਸਰਨ ਤੋਂ ਪਹਿਲਾਂ ਹੀ ਝੋਨਿਆਂ ਦੇ ਵਿੱਚ ਜਿਹੜਾ ਤੇਲਾ ਪਾਇਆ ਗਿਆ। ਸੋ ਪਿਛਲੇ ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ ਤਾਂ ਇਸ ਵਾਰ ਤੇਲੇ ਦਾ ਜਿਹੜਾ ਹਮਲਾ ਵਾ ਬਹੁਤ ਘੱਟ ਆ ਜਾਂ ਕਹਿ ਲਈਏ ਕਿ ਨਾ ਮਾਤਰਾ। ਸੋ ਸਮੱਸਿਆ ਕਿਹੜੀ ਗੱਲ ਦੀ ਆ ਸਕਦੀ ਹੈ ਬੀ ਐਲ ਬੀ ਦੀ। ਸੋ ਜਿੰਨਾ ਫਾਰਮਰਾਂ ਦੇ ਤੇਲੇ ਦੀ ਨਹੀਂ ਅਜੇ ਕੋਈ ਸ਼ਿਕਾਇਤ ਹੈ ਤੇਲੇ ਵੱਲੋਂ ਸਰ ਸਕਦਾ ਹੈ ਪਰ ਬੀ ਐਲ ਬੀ ਦੀ ਜਿਹੜੀ ਸਮੱਸਿਆ ਵਾ ਉਹ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ ਇਸ ਸਾਲ ਦੇ ਵਿੱਚ। ਬੀ ਐਲ ਬੀ ਜਾਨੀ ਕਿ ਬੈਕਟੀਰੀਅਲ ਲੀਫ ਬ্লাইਟ ਸੋ ਪਤਿਆਂ ਦਾ ਉਹ ਪ੍ਰੋ ਸੁੱਕਣਾ ਜੋ ਵੀਡੀਓ ਸਕਰੀਨ ਦੇ ਉੱਪਰ ਫੋਟੋ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਆ ਬਿਮਾਰੀ ਸੋ ਧਿਆਨ ਰੱਖਣਾ ਪਏ ਇਹਨਾਂ ਨਿੱਕੇ ਨਿੱਕੀਆਂ ਗੱਲਾਂ ਦਾ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਅੱਗੇ ਜਾ ਕੇ ਝਾੜ ਦੇ ਵਿੱਚ ਜਿਹੜੀ ਕਟੌਤੀ ਆਉਂਦੀ ਹੈ ਇਹਨਾਂ ਗੱਲਾਂ ਦੇ ਕਰਕੇ ਹੀ ਆਉਂਦੀ ਆ ਸੋ ਇਹ ਬਿਮਾਰੀ ਨੂੰ ਤੁਸੀਂ ਲਾਈਟਲੀ ਨਹੀਂ ਲੈਣਾਗਾ ਆਮ ਹੀ ਆਪਾਂ ਵੇਖ ਰਹੇ ਆ ਕਿ ਪੈਡੀ ਸੀਜ਼ਨ 2023 ਦੇ ਵਿੱਚ ਜੋ ਝੋਨੇ ਪੱਕ ਰਹੇ ਆ ਉੱਪਰੋਂ ਲਾਲੀ ਫੜ ਰਹੇ ਆ ਝੋਨੇ ਯਾਨੀ ਕਿ ਜਿਹੜੀ ਮੁੰਜਰ ਆ ਉਹ ਅਜੇ ਬਿਲਕੁਲ ਹਰੀ ਆ ਤੇ ਜਿਹੜੇ ਉੱਪਰੋਂ ਪੱਤੇ ਆ ਉਹ ਜਿਵੇਂ ਸੁੱਕ ਚੁੱਕੇ ਆ ਕੁਝ ਫਾਰਮਰਾਂ ਦੇ ਮੂੰਹੋਂ ਗੱਲ ਸੁਣੀ ਆ ਕਿ ਜੇਕਰ 15-20 ਦਿਨ ਝੋਨਾ ਵੱਢਣ ਦੇ ਵਿੱਚ ਰਹਿ ਗਿਆ ਤਾਂ ਜੇ ਪੱਤੇ ਹੁਣ ਸੁੱਕ ਵੀ ਰਹੇ ਆ ਤਾਂ ਇਹਦਾ ਕੋਈ ਨੁਕਸਾਨ ਨਹੀਂ ਗਾ ਇਹ ਗੱਲ ਬਿਲਕੁਲ ਗਲਤ ਆ ਨੁਕਸਾਨ ਬਹੁਤ ਜ਼ਿਆਦਾ ਆ ਕੀ ਨੁਕਸਾਨ ਜਦੋਂ ਵੀ ਬੂਟਾ 60 ਤੋਂ 70 ਦਿਨ ਤੋਂ ਉੱਪਰ ਹੋ ਜਾਂਦਾ ਤਾਂ ਉਹ ਨਿਰਪਰ ਹੋ ਜਾਂਦਾ ਪੱਤਿਆਂ ਤੇ ਯਾਨੀ ਕਿ ਉਹਨੇ ਜੋ ਵੀ ਸੂਰਜ ਰਾਈ ਊਰਜਾ ਲੈਣੀ ਆ ਜੋ ਵੀ ਆਪਾਂ ਸਪਰੇਅ ਕਰਦੇ ਆ ਉਹਦੇ ਰਾਈ ਖਰਾਕ ਲੈਣੀ ਆ ਉਹ ਸਿਰਫ ਤੇ ਸਿਰਫ ਲੈਣੀ ਆ ਪੱਤੇ ਰਾਈ ਸੋ ਦਾਣੇ ਲੰਮਕ ਰਹੇ ਆ ਹਜੇ ਮੁੰਜਰਾਂ ਲੰਮਕ ਰਹੀਆਂ ਵਾਂ ਸੋ ਇਹਦੇ ਵਿੱਚ ਅਜੇ ਦੁੱਧਾ ਭਰਨਾ ਹੈ 15 ਤੋਂ 20 ਦਿਨ ਜੇਕਰ ਪੱਤੇ ਸੁੱਕਦੇ ਆ ਤਾਂ ਬੂਟੇ ਦੀ ਜਿਹੜੀ ਖਰਾਕ ਆ ਉਹ ਬੰਦ ਹੁੰਦੀ ਆ ਸੁ ਖਰਾਕ ਬੰਦ ਹੋਣ ਦੇ ਨਾਲ ਜਿੱਥੇ ਦਾਣੇ ਬਣੇ ਆ ਉਹ ਬਿਲਕੁਲ ਉੱਥੇ ਹੀ ਸੁੱਕ ਜਾਣਗੇ ਜਾਨੀ ਕਿ ਜਿਹੜੀ ਉਹਨਾਂ ਦੇ ਵਜਨ ਦੇ ਵਿੱਚ ਕਟੌਤੀ ਜਾਊਗੀ ਜੇਕਰ ਵਜਨ ਦੇ ਵਿੱਚ ਕਟੌਤੀ ਆ ਗਈ ਤਾਂ ਝਾੜ ਦੇ ਵਿੱਚ ਜਿਹੜਾ ਝੋਨੇ ਦੀ ਗਰਾਵਟ ਆਊਗੀ ਸੋ ਇਸ ਕਰਕੇ ਆਪਾਂ ਨੂੰ ਪੱਤੇ ਦੀ ਹਰਿਆਵਲ ਸਿਰੇ ਤੱਕ ਜ਼ਰੂਰੀ ਆ ਆਪਾਂ ਆਮ ਹੀ ਕੁਝ ਝੋਨਿਆਂ ਦੀਆਂ ਵੈਰਾਈਟੀਆਂ ਵੇਖੀਆਂ ਹੋਣਗੀਆਂ ਕਿ ਪੱਤਾ ਬਿਲਕੁਲ ਹਰਾ ਹੁੰਦਾ ਏ ਅਤੇ ਜਿਹੜਾ ਅਨਾਜ ਆਉ ਦਾ ਮੁੰਜਰ ਹੁੰਦੀ ਆ ਉਹ ਬਿਲਕੁਲ ਸਿਉਨੇ ਰੰਗੀ ਖੱਟੀ ਹੋ ਜਾਂਦੀ ਆ ਯਾਨੀ ਕਿ ਪੱਕ ਜਾਂਦੀ ਆ ਸੋ ਉਹ ਝੋਨੇ ਦਾ ਜਿਹੜਾ ਪਕਾ ਉਹ ਬਿਲਕੁਲ ਸਹੀ ਆ ਜੇ ਗੱਲ ਆਪਾਂ ਜੀ ਰੋਗ ਥਾਮ ਦੀ ਕਰ ਲਈਏ ਬੀ ਐਲ ਬੀ ਦੀ ਆਪਾਂ ਰੋਗ ਥਾਮ ਇਸ ਸਮੇਂ ਤੇ ਕਿਵੇਂ ਕਰਨੀ ਆ ਸੋ ਆਪਾਂ ਕੋਈ ਵੀ ਐਂਟੀਬਾਇਓਟਿਕ ਲੈਣਾ ਭਾਵੇਂ ਵੈਲਡਾਮਾਈਸੀਨ ਲਓ ਭਾਵੇਂ ਕਸੂਗਾ ਮਾਈਸੀਨ ਲਓ ਸੋ ਕਿਸੇ ਵੀ ਤਰ੍ਹਾਂ ਦਾ ਐਂਟੀਬਾਇਓਟਿਕ ਲੈ ਕੇ ਉਹਦੇ ਨਾਲ ਆਪਾਂ ਪਲੱਸ ਕਰਨੀ ਆ ਐਮ 45 ਵੈਲਡਮਾਈਸਿੰਗ ਦੀ ਡੋਜ਼ ਆਪਾਂ ਲੈਣੀ 400 ml ਤੋਂ ਲੈ ਕੇ 500 ml ਪ੍ਰਤੀ ਏਕੜ ਤੇ ਪਲੱਸ 400 ਗ੍ਰਾਮ ਤੋਂ ਲੈ ਕੇ 500 ਗ੍ਰਾਮ ਆਪਾਂ ਨਾਲ ਐਡ ਕਰਨੀ ਆ M45 ਸੋ ਇਹਨਾਂ ਦੋਵਾਂ ਦਾ ਘੋਲ ਬਣਾ ਕੇ ਪ੍ਰਤੀ ਏਕੜ ਪੰਜ ਪੰਪ ਪਲਾ ਦਿਓ ਯਾਨੀ ਕਿ 25 ਲੀਟਰ ਵਾਲੇ 125 ਲੀਟਰ ਪਾਣੀ ਪ੍ਰਤੀ ਏਕੜ ਲਾ ਦਿਓ ਜੇਕਰ ਇਸ ਤੋਂ ਇਲਾਵਾ ਤੁਸੀਂ ਵਰਤਣਾ ਚਾਹੁੰਦੇ ਆ ਤਾਂ ਅਵਤਾਰ ਵਾਲਾ ਟੈਕਨੀਕਲ ਜੋ ਇੰਡੋਫਿਲ ਦਾ ਬ੍ਰਾਂਡ ਨੇਮ ਅਵਤਾਰ ਤੇ ਆ ਰਿਹਾ ਹੈ ਜਨੇਰ ਪਲੱਸ ਹੈਕਸਾਕੋਨਜੋਲ ਇਹਦੀ ਵੀ ਵਰਤੋਂ ਕਰ ਸਕਦੇ ਆ 400 ਗ੍ਰਾਮ ਪ੍ਰਤੀ ਏਕੜ ਇਸ ਤੋਂ ਇਲਾਵਾ ਜੇਕਰ ਤੁਸੀਂ ਵਰਤਣਾ ਚਾਹੁੰਦੇ ਆ ਤਾਂ Z78 ਦੀ ਵਰਤੋਂ ਵੀ ਕਰ ਸਕਦੇ ਆ ਉਹ ਵੀ ਇੰਡੋਫਿਲ ਕੰਪਨੀ ਦਾ ਬ੍ਰਾਂਡ ਨੇਮ Z78 ਦੇ ਨਾਮ ਤੇ ਆ ਰਿਹਾ ਇਹਦੀ ਵੀ ਵਰਤੋਂ 400 ਗ੍ਰਾਮ ਪ੍ਰਤੀ ਏਕੜ ਇਸ ਤੋਂ ਇਲਾਵਾ ਜੇਕਰ ਤੁਸੀਂ ਵਰਤਣਾ ਚਾਹੁੰਦੇ ਆ ਤਾਂ ਕਪਤਾਨ ਪਲੱਸ ਹੈਕਸਾਕੋਨੋਨ ਟਾਟਾ ਦੀ ਜੋ ਤਾਕਤ ਬ੍ਰਾਂਡ ਨੇਮ ਤੇ ਆ ਰਿਹਾ ਹੈ ਇਹਦੀ ਵੀ ਵਰਤੋਂ ਕਰ ਸਕਦੇ ਆ ਡੋਜ਼ ਇਹਦੀ ਵੀ 400 ਗ੍ਰਾਮ ਪ੍ਰਤੀ ਏਕੜ ਯਾਨੀ ਕਿ ਕਿਲੋ ਢਾਈਆਂ ਕਿੱਲਿਆਂ ਦੇ ਵਿੱਚ ਪਾਣੀ ਤੁਸੀਂ ਸਾਰਿਆਂ ਦੇ ਨਾਲ 125 ਲੀਟਰ ਤੋਂ ਲੈ ਕੇ 150 ਲੀਟਰ ਪ੍ਰਤੀ ਏਕੜ ਲਗਾ ਸਕਦੇ ਆ ਕੋਈ ਬਾਦੇ ਪਾਣੀ ਲਾਉਣ ਦੀ ਤੁਹਾਨੂੰ ਇਹਦੇ ਲੋੜ ਨਹੀਂਗੇ ਅਤੇ ਥੱਲੇ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਦਾ ਉਹ ਮੇਨਟੇਨ ਤੁਸੀਂ ਬਣਾ ਕੇ ਰੱਖਣਾ ਹੈ ਨਾ ਤਾਂ ਬਿਲਕੁਲ ਖੁਸ਼ਕੀ ਲੱਗਣ ਦੇਣੀ ਆ ਨਾ ਹੀ ਬੇ ਲੋੜਾ ਪਾਣੀ ਠੱਲੇ ਗਿਆ ਰੱਖਣਾ ਹੈ ਜਾਨੀ ਕਿ ਜ਼ਮੀਨ ਦੇ ਵਿੱਚ ਜਿਹੜੀ ਨਮੀ ਆ ਉਹ ਜ਼ਰੂਰੀ ਰੱਖਣੀ ਆ ਆਪਾਂ ਸੈੱਲ ਬਣਾਈ ਰੱਖਣੀ ਆ ਜ਼ਮੀਨ ਦੇ ਵਿੱਚ ਗਿੱਲੇ ਗੂਹ ਪਾਣੀ ਲਗਾਉਂਦੇ ਰਹੋ ਸੋ ਇਹ ਤਾਂ ਸੀਗਾ ਬੀ ਐਨ ਬੀ ਦਾ ਟ੍ਰੀਟਮੈਂਟ ਹੁਣ ਗੱਲ ਕਰ ਲਈਏ ਤੇਲੇ ਦਾ ਕਿ ਤੇਲੇ ਦੀ ਸਪਰੇਅ ਕਰਨ ਦੀ ਇਸ ਵਾਰ ਲੋੜ ਹੈ ਜਾਂ ਨਹੀਂ ਸੋ ਦੋਸਤੋ ਮੌਸਮ ਬਿਲਕੁਲ ਅਨਕੂਲ ਆ ਤੇਲੇ ਦੀ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਆਈਗੀ ਸੋ ਹੋ ਸਕਦਾ ਕਿ 90% ਚਾਂਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਵੀ ਐਵੇਂ ਦਾ ਤੇਲੇ ਦਾ ਖਤਰਾ ਨਹੀਂ ਆਊਗਾ ਸੋ ਇਸ ਕਰਕੇ ਸ਼ਾਰਟ ਟਾਈਮ ਵੈਰਾਈਟੀ ਵਾਲੇ ਤਾਂ ਬਿਲਕੁਲ ਬੇਫਿਕਰ ਹੋ ਕੇ ਬੈਠ ਜਾਣ ਉਹਨਾਂ ਨੂੰ ਤਾਂ ਸਪਰੇਅ ਕਰਨ ਦੀ ਲੋੜ ਨਹੀਂ ਰਹੀ ਗੱਲ ਲੌਂਗ ਟਾਈਮ ਵੈਰਾਈਟੀ ਦੀ ਜੋ ਕਿ ਪੂਤਾ ਵੈਰਾਈਟੀ 212 ਕੋਈ ਵੀ ਲੌਂਗ ਟਾਈਮ ਵੈਰਾਈਟੀ ਆ ਉਹਨਾਂ ਨੂੰ ਆਪਣੀ ਫਸਲ ਦਾ ਫੁੱਲ ਧਿਆਨ ਰੱਖਣਾ ਪੈਣਾ ਹੈ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਤੇਲੇ ਵਰਗੀ ਸਮੱਸਿਆ ਆ ਸਕਦੀ ਆ ਆਉਣ ਵਾਲੇ ਮੌਸਮ ਬਾਰੇ ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਨਹੀਂ ਕਿ ਅੱਗੇ ਮੌਸਮ ਦੇ ਵਿੱਚ ਕੀ ਬਣਨਾ ਕੀ ਨਹੀਂ ਬਣਨਾ ਸੋ ਇਸ ਕਰਕੇ ਉਹ ਆਪਣੀ ਫਸਲ ਦਾ ਧਿਆਨ ਰੱਖਣ ਜੇਕਰ 4 ਤੋਂ 5 ਦਾਣੇ ਦਿਖਾਈ ਦਿੰਦੇ ਆ ਤਾਂ ਆਪਣੀ ਸਪਰੇ ਦੀ ਵਰਤੋਂ ਕਰਨ ਅਦਰਵਾਈਜ਼ ਸਪਰੇ ਕਰਨ ਦੀ ਜ਼ਰੂਰਤ ਨਹੀਂ ਗੀ ਜੇਕਰ ਸਪਰੇ ਕਰਨ ਦੀ ਲੋੜ ਪੈਂਦੀ ਆ ਤਾਂ ਸਪਰੇ ਆਪਾਂ ਕਰਨੀ ਆ ਪੈਮੈਟ੍ਰਜਨ 120 ਗ੍ਰਾਮ ਪ੍ਰਤੀ ਏਕੜ ਜਾਨੀ ਕਿ ਜਿਹਨੂੰ ਆਪਾਂ ਚਸਵਾਲਾ ਟੈਕਨੀਕਲ ਕਹਿ ਦਿੰਦੇ ਆ ਇਸ ਤੋਂ ਇਲਾਵਾ ਆਪਾਂ ਉਸਹੀਨ ਵਾਲਾ ਟੈਕਨੀਕਲ ਵੀ ਵਰਤ ਸਕਦੇ ਹਾਂ ਡੈਂਟੇਫਰੋਨ ਉਹਦੀ ਆਪਾਂ 80 ਗ੍ਰਾਮ ਪ੍ਰਤੀ ਇੱਕ ਡੋਜ਼ ਪਾਉਣੀ ਆ ਪੈਕਸਾ ਲਾਉਣ ਦੀ ਵਰਤੋਂ ਵੀ ਕਰ ਸਕਦੇ ਹਾਂ 94 ਐਮਐਲ ਪ੍ਰਤੀ ਏਕੜ ਇਸ ਤੋਂ ਇਲਾਵਾ ਯੂਪੀਐਲ ਦਾ ਅਮੇਜਨ ਦੀ ਵੀ ਵਰਤੋਂ ਕਰ ਸਕਦੇ ਹਾਂ 400 ਐਮਐਲ ਪ੍ਰਤੀ ਏਕੜ ਇਹਨਾਂ ਦਵਾਈਆਂ ਦੀ ਆਪਾਂ ਬੇਝਿਜਕ ਵਰਤੋਂ ਕਰ ਸਕਦੇ ਹਾਂ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਅਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ